ਸਰਕਾਰਾਂ ਨੇ ਜਾਂ ਦਵਾਈਆਂ ਵਾਲੇ ਨੇ ਗਲਤ ਕੋਈ ਕਦਮ ਚੁੱਕਿਆ ਉਹਨਾਂ ਦੇ ਖਿਲਾਫ ਤੇ ਲੁਧਿਆਣੇ ਦੀਆਂ ਸੜਕਾਂ ਜਾਮ ਹੋਣਗੀਆਂ। ਇਹ ਮੇਰਾ ਯੂਥ ਮੇਰੇ ਨਾਲ ਖੜਾ, ਉਹ ਬੰਦਾ ਵਧੀਆ ਕੰਮ ਕਰ ਰਿਹਾ, ਅਸੀਂ ਵਧੀਆ ਬੰਦੇ ਨਾਲ ਖੜੇ ਹਾਂ। ਇਹਨਾਂ ਨੂੰ ਸਰਕਾਰਾਂ ਨੇ ਵੀ ਕਿਹਾ ਸਕੂਲ ਦੀ ਫੀਸ ਨਹੀਂ ਲੈਣੀ, ਪਰ ਇਹ ਫਿਰ ਨਹੀਂ ਟਾਲਾ ਕਰਦੇ ਪਏ। ਫਿਰ ਇਹ ਕਹਿੰਦੇ ਨੇ ਜੀ ਸਕੂਲ ਦੀ ਫੀਸ ਦਿਓ, ਸਕੂਲ ਦੀ ਪੂਰੀ ਫੀਸ ਦਿਓ। ਬੱਚਾ ਸਕੂਲ ਨਹੀਂ ਜਾ ਰਿਹਾ, ਬੱਚਾ ਘਰ ਬੈਠਾ, ਤੁਹਾਨੂੰ ਸਕੂਲਾਂ ਦੀ ਫੀਸ ਚਾਹੀਦੀ ਹੈ? ਮੈਂ ਤਾਂ ਇਸ ਗੱਲੋਂ ਹੈਰਾਨ ਹਾਂ। ਤੇ ਸਕੂਲ ਸ਼ੁਰੂ ਹੋਣ, ਫੀਸ ਲਓ, ਮਾਪੇ ਦੇਣਗੇ। ਉਹ ਮਾਪੇ ਦਾ ਪਹਿਲੇ ਹੀ ਮਰੇ ਪੈਣੇ, ਤੁਸੀਂ ਹੋਰ ਮਾਰਦੇ ਪਏ ਹੋ ਮਾਪਿਆਂ ਨੂੰ। ਨਸ਼ਾ ਆਪਾਂ ਕਹਿੰਦੇ ਜੀ ਮੁਕਤ ਕਰਾਉਣਾ ਪੰਜਾਬ, ਨਸ਼ਾ ਆਪਾਂ ਖਤਮ ਕਰਨਾ, ਨਸ਼ਾ ਤਾਂ ਆਪਾਂ ਖੋਲ੍ਹ ਕੇ ਬੈਠੇ ਹਾਂ ਅਤੇ ਜਿੰਮ ਵਾਲੇ ਆਪਾਂ ਘਰੇ ਬਿਠਾਏ ਹੋਏ ਨੇ। ਉਹ ਕੋਈ ਸ਼ਰਮ ਕਰੋ ਸਰਕਾਰ ਜੀ, ਹੱਥ ਜੋੜ ਕੇ ਬੇਨਤੀ ਆ, ਜਿੰਮ ਖੋਲ੍ਹੋ। ਆ ਮੇਰੇ ਵੀਰ ਜਿਹੜੇ ਨੌਕਰੀਆਂ ਕਰਦੇ ਨੇ, ਉਹਨਾਂ ਨੂੰ ਜੂਨ ਦੀ ਤਨਖਾਹ ਪੂਰੀ ਨਾ ਦਿੱਤੀ ਗਈ ਤਾਂ ਧਰਨਾ ਪ੍ਰਦਰਸ਼ਨ ਬਹੁਤ ਹੋਊਗਾ। ਅੱਜ ਸੁਸ਼ੀਲ ਰਿੰਕੂ ਸੈਕਟਰੀ ਜਨਰਲ ਪੰਜਾਬ ਲੋਕ ਜਨ ਸ਼ਕਤੀ ਪਾਰਟੀ ਦੀ ਅਗਵਾਈ ਦੇ ਵਿੱਚ ਇੱਕ ਮੁਹਿੰਮ ਰੱਖੀ ਗਈ, ਜਿਸ ਦੇ ਵਿੱਚ ਮਨੀ ਕੁਮਾਰ ਲੁਧਿਆਣੇ ਦੇ ਜਨਰਲ ਸੈਕਟਰੀ ਡਿਸਟ੍ਰਿਕਟ ਬਣਾਏ ਗਏ ਅਤੇ ਇਹਨਾਂ ਵੱਲੋਂ ਦੱਸਿਆ ਗਿਆ ਗੁਰੂ ਨਾਨਕ ਮੋਦੀਖਾਨਾ ਜਿਹੜਾ ਖੋਲ੍ਹਿਆ ਗਿਆ ਵਾ ਉਸਨੂੰ ਕਿਤੇ ਬੰਦ ਕਰਾਉਣ ਦੀ ਜਿਹੜੀ ਗੱਲ ਚੱਲ ਰਹੀ ਆ ਅਤੇ ਦੱਸਿਆ ਗਾ ਲੋਕ ਜਨ ਸ਼ਕਤੀ ਪਾਰਟੀ ਜ਼ੋਰਦਾਰ ਪ੍ਰੋਟੈਸਟ ਕਰੇਗੀ ਜੇਕਰ ਗੁਰੂ ਨਾਨਕ ਮੋਦੀਖਾਨਾ ਬੰਦ ਕਰਾਇਆ ਗਿਆ। ਸਕੂਲ ਦੀ ਫੀਸਾਂ ਦੇ ਖਿਲਾਫ਼ ਵੀ ਦੱਸਿਆ ਗਿਆ ਵਾ ਸਕੂਲ ਦੀ ਫੀਸਾਂ ਮਾਫ਼ ਕੀਤੀਆਂ ਜਾਣ ਅਤੇ ਜਿੰਮ ਜਿਹੜੇ ਬੰਦ ਆ ਦਿਨ ਪਰ ਦਿਨ ਜਿਹੜਾ ਜਿੰਮਾਂ ਦੇ ਪ੍ਰੋਟੈਸਟ ਹੋ ਰਹੇ ਆ ਪਰ ਸਰਕਾਰ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਵਾ। ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਪਏ ਨੇ ਕਿ ਸਾਡੇ ਜਿੰਮ ਖੋਲ੍ਹੇ ਜਾਣ ਅਤੇ ਲੇਬਰ ਕਲਾਸ ਜਿਹੜੀ ਪੇਸਰੀ ਆ ਲੇਬਰ ਨੂੰ ਅੱਧੀ ਪੇਮੈਂਟ ਮਿਲ ਰਹੀ ਆ ਫੈਕਟਰੀਆਂ ਵੱਲੋਂ, ਉਹਨਾਂ ਨੇ ਇਹ ਵੀ ਕਿਹਾ ਵਾ ਬਈ ਲੇਬਰ ਨੂੰ ਪੂਰੀ ਪੇਮੈਂਟ ਮਿਲਣੀ ਚਾਹੀਦੀ ਆ। ਮੈਂ ਸੁਸ਼ੀਲ ਰਿੰਕੂ ਸੈਕਟਰੀ ਜਨਰਲ ਪੰਜਾਬ ਲੋਕ ਜਨ ਸ਼ਕਤੀ ਪਾਰਟੀ, ਅੱਜ ਮੇਰੇ ਵੀਰ ਮੇਰਾ ਯੂਥ ਮੇਰੇ ਭਰਾ ਮੇਰੇ ਸੱਜਣ ਇਹ ਸਾਰੇ ਅੱਜ ਇਕੱਠੇ ਹੋਏ ਹਾਂ। ਇੱਕ ਤਾਂ ਸਾਡਾ ਮੇਰਾ ਵੀਰ ਛੋਟਾ ਵੀਰ ਆ ਹਨੀ ਕੁਮਾਰ, ਅੱਜ ਇਹਨੂੰ ਸੈਕਟਰੀ ਜਨਰਲ ਡਿਸਟ੍ਰਿਕਟ ਲੁਧਿਆਣਾ ਬਣਾਉਣਾ। ਇੱਕ ਮੁੱਦਾ ਜਿਹੜਾ ਬਹੁਤ ਘੁੰਮ ਰਿਹਾ ਵੀਡੀਓ 'ਤੇ ਵੀ ਅਤੇ ਚੰਗਾ ਕੰਮ ਵੀ ਹੋ ਰਿਹਾ, ਜਿੱਦਾਂ ਚਿੰਦੂ ਭਾਅ ਜੀ ਨੇ ਆਪਣੇ ਚਿੰਦੂ ਭਾਅ ਜੀ ਨੇ ਆਪਣਾ ਗੁਰੂ ਨਾਨਕ ਮੋਦੀਖਾਨਾ ਬਣਾਇਆ, ਉਹ ਬਹੁਤ ਵਧੀਆ ਕੰਮ ਕੀਤਾ, ਉਹਦਾ ਅਸੀਂ ਸਮਰਥਨ ਵੀ ਕਰਦੇ ਹਾਂ, ਉਹਨਾਂ ਦੇ ਨਾਲ ਵੀ ਖੜ੍ਹੇ ਹਾਂ। ਜਿੱਦਾਂ ਇਹ ਦਵਾਈਆਂ ਵਾਲੇ ਮਾਫੀਆ ਇਹ ਬੋਲਦੇ ਨੇ ਜੀ ਇਹ ਇੱਦਾਂ ਕਰ ਰਿਹਾ ਜੀ ਇਹ ਉੱਦਾਂ ਕਰ ਰਿਹਾ, ਉਹ ਬਹੁਤ ਸਹੀ ਕੰਮ ਕਰ ਰਹੇ ਨੇ, ਅਸੀਂ ਉਹਨਾਂ ਦੇ ਨਾਲ ਜੁੜੇ ਹਾਂ ਅਤੇ ਜੁੜੇ ਰਹਾਂਗੇ। ਜੇ ਉਹਨਾਂ ਦੇ ਕੋਈ ਐਕਸ਼ਨ ਗਲਤ ਲਿਆ ਸਰਕਾਰਾਂ ਨੇ ਜਾਂ ਦਵਾਈਆਂ ਵਾਲੇ ਨੇ ਗਲਤ ਕੋਈ ਕਦਮ ਚੁੱਕਿਆ ਉਹਨਾਂ ਦੇ ਖਿਲਾਫ਼ ਤਾਂ ਲੁਧਿਆਣੇ ਦੀਆਂ ਸੜਕਾਂ ਜਾਮ ਹੋਣਗੀਆਂ। ਇਹ ਮੇਰਾ ਯੂਥ ਮੇਰੇ ਨਾਲ ਖੜਾ, ਅੱਜ ਅਸੀਂ 100 ਇਕੱਠੇ ਹੋਏ ਹਾਂ, ਮੁੜ ਕੇ ਇੱਥੇ 10,000 ਵੀ ਇਕੱਠਾ ਹੋਊਗਾ। ਸਾਨੂੰ ਸਰਕਾਰਾਂ ਨੇ ਨਹੀਂ ਕਹਿਣਾ ਲੋਕਡਾਊਨ ਹੈਗਾ, ਉਹ ਬੰਦਾ ਵਧੀਆ ਕੰਮ ਕਰ ਰਿਹਾ, ਅਸੀਂ ਵਧੀਆ ਬੰਦੇ ਨਾਲ ਖੜੇ ਹਾਂ। ਮੇਰੀ ਲੋਕ ਜਨ ਸ਼ਕਤੀ ਪਾਰਟੀ, ਮੈਂ ਸੁਸ਼ੀਲ ਰਿੰਕੂ ਅਤੇ ਮੇਰੀ ਟੀਮ ਚਿੰਦੂ ਭਾਅ ਜੀ ਨਾਲ ਖੜੀ ਆ ਅਤੇ ਖੜੀ ਆ ਡੱਟ ਕੇ ਖੜੀ ਆ, ਕੰਧੇ ਨਾਲ ਕੰਧਾਂ ਮਿਲਾ ਕੇ ਉਹਨਾਂ ਨਾਲ ਖੜੀ ਆ। ਅਤੇ ਦੂਜੀ ਗੱਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੇ ਸਕੂਲਾਂ ਵਾਲੇ ਨੇ ਸਕੂਲਾਂ ਵਾਲੇ ਮਾਫੀਆ ਜਿਹੜੇ ਨੇ ਨਾ, ਇਹਨਾਂ ਨੂੰ ਰੋਕਿਆ ਜਾਏ। ਸਰਕਾਰਾਂ ਦੇ ਅੱਗੇ ਮੈਂ ਮੰਗ ਕਰਦਾ ਹੱਥ ਜੋੜ ਕੇ ਇਹਨਾਂ ਨੂੰ ਥੰਮ ਪਾਓ, ਇਹਨਾਂ ਦੇ ਨੱਥ ਪਾਓ। ਇਹਨਾਂ ਨੂੰ ਸਰਕਾਰਾਂ ਨੇ ਵੀ ਕਿਹਾ ਸਕੂਲ ਦੀ ਫੀਸ ਨਹੀਂ ਲੈਣੀ, ਪਰ ਇਹ ਫਿਰ ਨਹੀਂ ਟਾਲਾ ਕਰਦੇ ਪਏ। ਫਿਰ ਇਹ ਕਹਿੰਦੇ ਨੇ ਜੀ ਸਕੂਲ ਦੀ ਫੀਸ ਦਿਓ, ਸਕੂਲ ਦੀ ਪੂਰੀ ਫੀਸ ਦਿਓ, ਇਹਦਾ ਕੰਪਿਊਟਰ ਦੀ ਫੀਸ ਦਿਓ,
ਹੋਰ ਬੜੇ ਕੁਝ ਕਹਿੰਦੇ ਨੇ ਜੀ ਸਾਨੂੰ ਫੀਸਾਂ ਦਿਓ, ਬੱਚਾ ਸਕੂਲ ਨਹੀਂ ਜਾ ਰਿਹਾ, ਬੱਚਾ ਘਰ ਬੈਠਾ, ਤੁਹਾਨੂੰ ਸਕੂਲਾਂ ਦੀ ਫੀਸ ਚਾਹੀਦੀ ਹੈ। ਮੈਂ ਤਾਂ ਇਸ ਗੱਲੋਂ ਹੈਰਾਨ ਹਾਂ। ਉਹ ਕੁਝ ਸਰਕਾਰ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਨੱਥ ਪਾਈ ਜਾਏ, ਇਹ ਜਿਹੜੇ ਮਾਫੀਆ ਨੇ ਸਕੂਲ ਵਾਲੇ, ਇਹਨਾਂ ਨੂੰ ਟੋਕਿਆ ਜਾਏ ਅਤੇ ਇਹਨਾਂ ਨੂੰ ਰੋਕਿਆ ਜਾਏ, ਨਾ ਇਹ ਦੰਗੇ ਕਰਨ ਅਤੇ ਨਾ ਇਹ ਸਕੂਲ ਦੀ ਫੀਸ ਮੰਗਣ। ਇੱਕ ਜਿਹੜੀ ਆਪਾਂ ਵੀਡੀਓ ਚਲਾਈ ਜਾਂਦੇ ਹਾਂ, ਵੀਡੀਓ ਕਾਲ 'ਤੇ ਕਰ ਰਹੇ ਹਾਂ, ਪੜ੍ਹਾਈਆਂ ਇਹ ਬੰਦ ਕਰਾਈਆਂ ਜਾਣ, ਇਹ ਬੱਚਿਆਂ 'ਤੇ ਵੀ ਇਫੈਕਟ ਪੈ ਰਿਹਾ, ਉਹਨਾਂ ਦੀ ਅੱਖਾਂ 'ਤੇ, ਉਹਨਾਂ ਦੀ ਲਾਈਫ 'ਤੇ ਇਫੈਕਟ ਪੈ ਰਿਹਾ, ਇਹ ਰੋਕੀਆਂ ਜਾਣ ਅਤੇ ਸਕੂਲ ਸ਼ੁਰੂ ਹੋਣ, ਫੀਸ ਲਓ, ਮਾਪੇ ਦੇਣਗੇ। ਉਹ ਮਾਪੇ ਦਾ ਪਹਿਲਾਂ ਹੀ ਮਰੇ ਪੈਣੇ, ਤੁਸੀਂ ਹੋਰ ਮਾਰਦੇ ਪਏ ਹੋ ਮਾਪਿਆਂ ਨੂੰ, ਨਾ ਕਰੋ। ਮੈਂ ਹੱਥ ਜੋੜ ਕੇ ਬੇਨਤੀ ਸਰਕਾਰਾਂ ਅੱਗੇ ਕਰਦਾ ਕਿ ਸਕੂਲਾਂ ਨੂੰ ਨੱਥ ਪਾਈ ਜੇ। ਨਾਲ ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਇੱਕ ਜਿੰਮ ਜਿਹੜੇ ਬੰਦ ਕੀਤੇ ਹੋਏ ਨੇ, ਇਹ ਜਿੰਮ ਖੋਲ੍ਹੇ ਜਾਣ। ਭਲਵਾਨ ਜਿਹੜੇ ਬਣੇ ਹੋਏ ਨੇ ਖੁਰਾਕਾਂ ਖਾ ਕੇ, ਉਹ ਅੱਜ ਕੀ ਕਰਦੇ ਪਏ ਨੇ ਜੀ, ਘਰ ਬੈਠੇ ਹੋਏ ਨੇ। ਅਤੇ ਖੋਲ੍ਹ ਕੀ ਦਿੱਤੇ ਨੇ ਜੀ ਆਪਾਂ? ਸ਼ਰਾਬ ਦੇ ਠੇਕੇ। ਨਸ਼ਾ ਆਪਾਂ ਕਹਿੰਦੇ ਜੀ ਮੁਕਤ ਕਰਾਉਣਾ ਪੰਜਾਬ, ਨਸ਼ਾ ਆਪਾਂ ਖਤਮ ਕਰਨਾ, ਨਸ਼ਾ ਤਾਂ ਆਪਾਂ ਖੋਲ੍ਹ ਕੇ ਬੈਠੇ ਹਾਂ। ਜਿਹੜੇ ਨਸ਼ਾ ਨਹੀਂ ਕਰਦੇ ਮੁੰਡੇ ਕੁੜੀਆਂ, ਮੈਡਲ ਲਿਆ ਰਹੇ ਨੇ, ਉਹਨਾਂ ਨੂੰ ਤੁਸੀਂ ਘਰੇ ਬਿਠਾਇਆ ਹੈ। ਜਿੰਮ ਵਾਲੇ ਮਾਲਕ ਨੇ, ਉਹ ਜਿੰਮ 'ਤੇ ਨਿਰਭਰ ਨੇ, ਅਤੇ ਜਿੰਮ ਵਾਲੇ ਆਪਾਂ ਘਰੇ ਬਿਠਾਏ ਹੋਏ ਨੇ। ਉਹ ਕੋਈ ਸ਼ਰਮ ਕਰੋ, ਸਰਕਾਰ ਜੀ ਹੱਥ ਜੋੜ ਕੇ ਬੇਨਤੀ ਆ, ਜਿੰਮ ਖੋਲ੍ਹੋ। ਇਸ ਜਿਹੜੇ ਬੱਚੇ ਨੇ ਜਿਹੜੇ ਮੈਡਲ ਲਿਆ ਰਹੇ ਨੇ, ਇਹਨਾਂ ਨੂੰ ਅੱਗੇ ਲਿਆਓ, ਕਿ ਨਾ ਕਿ ਇਹਨਾਂ ਨੂੰ ਘਰੇ ਬਿਠਾਓ। ਜਿੰਮ ਵਾਲਿਆਂ ਨੇ ਆਪਣੇ ਲੋਕਡਾਊਨ 'ਚ ਰੋਟੀਆਂ ਖਾ ਲਈਆਂ, ਪੈਸੇ ਖਾ ਲਏ, ਹੁਣ ਜਿੰਮ ਨਹੀਂ ਖੋਲ੍ਹ ਰਹੇ, ਉਹ ਕਿੱਥੋਂ ਖਾਣਗੇ? ਜਿੰਮ ਖੋਲ੍ਹੋਗੇ ਤਾਂ ਖਾਣਗੇ। ਨਾ ਕਰੋ, ਧੱਕਾ ਨਾ ਕਰੋ, ਨਾ ਕਰੋ, ਨਾ ਕਰੋ, ਇਹਨਾਂ ਦੇ ਜਿੰਮ ਖੋਲ੍ਹੇ ਜਾਣ। ਇੱਕ ਨਾਲ ਨਾਲ ਮੈਂ ਗੱਲ ਇੱਕ ਹੋਰ ਕਹਿਣਾ ਚਾਹੁੰਦਾ ਲੇਬਰ ਵਾਸਤੇ, ਜਿਹੜੇ ਲੇਬਰ ਮੇਰੇ ਭਰਾ, ਮੇਰੇ ਵੀਰ ਜਿਹੜੇ ਨੌਕਰੀਆਂ ਕਰਦੇ ਨੇ, ਉਹਨਾਂ ਨੂੰ ਜੂਨ ਦੀ ਤਨਖਾਹ ਪੂਰੀ ਨਾ ਦਿੱਤੀ ਗਈ ਤਾਂ ਧਰਨਾ ਪ੍ਰਦਰਸ਼ਨ ਬਹੁਤ ਹੋਊਗਾ। ਮੈਂ ਧਰਨਾ ਪ੍ਰਦਰਸ਼ਨ ਦਊਂਗਾ, ਉਹਨਾਂ ਨੂੰ ਤਨਖਾਹ ਪੂਰੀ ਦਿੱਤੀ ਜਾਏ। ਇੱਕ 100 ਰੁਪਏ ਦੀ ਚੀਜ਼ ਏਸੀਆਂ 'ਚ ਬੈਠੇ ਮਾਲਕ 225 ਰੁਪਏ ਦੀ ਚੀਜ਼ ਵੇਚਦੇ ਨੇ, ਅਤੇ ਲੇਬਰ ਨੂੰ ਕਹਿੰਦੇ ਨੇ ਜੀ ਤਨਖਾਹ ਅਸੀਂ 40% ਦੇਵਾਂਗੇ। ਇਹ ਕਿੱਥੋਂ ਦਾ ਅਸੂਲ ਹੈ, ਇਹ ਕਿੱਥੋਂ ਦਾ ਕੰਮ ਹੈ? ਲੇਬਰ ਦੇ ਆਪਾਂ ਗਰੀਬ ਦੇ ਪੈਸੇ ਖਾਣ ਨੂੰ ਹੜੱਪਣ ਨੂੰ ਬੈਠੇ ਹਾਂ, 100 ਵਾਲੀ ਚੀਜ਼ 225 'ਚ ਵੇਚਾਂਗੇ, ਅਤੇ ਲੇਬਰ ਨੂੰ ਅਸੀਂ 40% ਦੇਵਾਂਗੇ, ਇਹ ਕਿੱਥੋਂ ਦਾ ਅਸੂਲ ਹੈ? ਜੂਨ ਦੀ ਤਨਖਾਹ ਲੇਬਰ ਨੂੰ ਪੂਰੀ ਮਿਲਣੀ ਚਾਹੀਦੀ ਹੈ। ਇਹ ਮੇਰੀ ਹੱਥ ਜੋੜ ਕੇ ਜਿਹੜੇ ਮਾਲਕ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਲੇਬਰ ਨੂੰ ਪੂਰੀ ਤਨਖਾਹ ਦਿਓ। ਇੱਕ ਮੈਂ ਜਿੰਦੂ ਭਾਅ ਜੀ ਨੂੰ ਫਿਰ ਕਹਿਣਾ ਚਾਹੁੰਦਾ ਹੱਥ ਜੋੜ ਕੇ, ਜੇ ਉੱਥੇ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਕਿਸੇ ਨੇ, ਮਾਫੀਆ ਨੇ, ਡਰੱਗਸ ਮਾਫੀਆ ਨੇ, ਕੋਈ ਉਹਨਾਂ ਦੇ ਨਜਾਇਜ਼ ਕੇਸ ਪਵਾਇਆ ਜਾਂ ਉਹਨਾਂ ਦੀ ਕੋਈ ਦੁਕਾਨਦਾਰੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਲੁਧਿਆਣਾ ਨਹੀਂ ਪੂਰਾ ਪੰਜਾਬ ਪੂਰਾ ਬੰਦ ਕਰਾਵਾਂਗੇ, ਅਤੇ ਸੜਕਾਂ 'ਤੇ ਜਾਮ ਵੀ ਲਾਵਾਂਗੇ। ਮੁੜ ਕੇ ਸਾਨੂੰ ਇਹ ਨਹੀਂ ਕਹਿੰਦਾ ਕਰੋਨਾ, ਅਤੇ ਮੈਂ 5000 ਬੰਦਾ ਲੈ ਕੇ ਸੜਕਾਂ 'ਤੇ ਬਹਿ ਜਾਣਾ? ਮੈਂ ਗੁਰੂ ਨਾਨਕ ਮੋਦੀ ਖਾਨੇ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜਾ, ਅੱਜ ਵੀ ਖੜਾ, ਕੱਲ੍ਹ ਵੀ ਖੜਾ, ਅਤੇ ਪਰਸੋਂ ਵੀ ਖੜਾ, ਅਤੇ ਮੇਰੀ ਪੂਰੀ ਟੀਮ ਖੜੀ। ਹਾਂ ਮਿੱਤਰੋ, ਅਸੀਂ ਚਿੰਦੂ ਭਾਅ ਜੀ ਨਾਲ ਖੜਿਆ ਕਿ ਨਹੀਂ ਖੜਿਆ? ਪੂਰਾ ਜੋਸ਼ ਨਾਲ। ਹੋਰ ਅਪਡੇਟ ਲਈ ਦੇਖਦੇ ਰਹੋ ਪੀਵੀ ਲਾਈਵ।